ਜ਼ਿਲ੍ਹਾ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਵੱਲੋਂ ਸੌਣੀ ਦੇ ਸੀਜ਼ਨ ਵਿੱਚ ਖੇਤੀ ਇਨਪੁੱਟਸ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਬੀਜ ਖਾਦ ਅਤੇ ਕੀੜੇ ਮਾਰ ਦਵਾਈਆਂ ਦੇ ਵਿਕਰੇਤਾਵਾਂ ਨਾਲ ਵਿਸ਼ੇਸ਼ ਮੀਟਿੰਗ ਡਾਕਟਰ ਰਣਜੀਤ ਸਿੰਘ ਚੌਹਾਨ ਬਲਾਕ ਖੇਤੀਬਾੜੀ ਅਫਸਰ ਰੋੜਕਾ ਕਲਾਂ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰਾਇਆਂ ਰੋੜਕਾ ਕਲਾਂ ਬੰਡਾਲਾ ਅਤੇ ਜੰਡਿਆਲਾ ਦੇ ਸਾਰੇ ਬੀਜ ਖਾਦ ਅਤੇ ਕੀੜੇ ਮਾਰ ਵਿਕਰੇਤਾਵਾਂ ਨੇ ਭਾਗ ਲਿਆ। ਇਸ ਮੌਕੇ 'ਤੇ ਡਾਕਟਰ ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਬੀਜ ਖਾਦ ਅਤੇ ਕੀੜੇ ਮਾਰ ਦਵਾਈਆਂ ਦੀ ਕੁਆਲਿਟੀ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਈ ਵੀ ਪ੍ਰੋਡਕਟ ਵੇਚਣੀ ਹੋਵੇ ਤਾਂ ਇਸ ਦਾ ਬਿੱਲ ਨਾਲ ਦੀ ਨਾਲ ਕਿਸਾਨਾਂ ਨੂੰ ਦਿੱਤਾ ਜਾਵੇ। ਉਣਤਾਈਆਂ ਹੋਣ ਦੀ ਸੂਰਤ ਵਿੱਚ ਦੁਕਾਨਦਾਰ ਦੇ ਖਿਲਾਫ਼ ਐਕਟ ਅਧੀਨ ਕਾਰਵਾਈ ਕਰਨ ਲਈ ਮਹਿਕਮਾ ਖੇਤੀਬਾੜੀ ਮਜਬੂਰ ਹੋਵੇਗਾ। ਇਸ ਮੌਕੇ 'ਤੇ ਜਲੰਧਰ ਤੋਂ ਆਏ ਹੋਏ ਡਾਕਟਰ ਨਰੇਸ਼ ਗੁਲਾਟੀ ਖੇਤੀਬਾੜੀ ਅਫਸਰ ਬੀਜ ਵੱਲੋਂ ਬੀਜਾਂ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਜ਼ੋਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਬੀਜ ਹੀ ਮਾੜਾ ਹੋਵੇਗਾ ਤਾਂ ਉਸ ਤੋਂ ਚੰਗੇ ਝਾੜ ਦੀ ਆਸ ਕਿਵੇਂ ਲਗਾਈ ਜਾ ਸਕਦੀ ਹੈ। ਡਾਕਟਰ ਰਣਜੀਤ ਸਿੰਘ ਚੌਹਾਨ ਬਲਾਕ ਖੇਤੀਬਾੜੀ ਅਫਸਰ ਰੋੜਕਾ ਕਲਾਂ ਵੱਲੋਂ ਆਏ ਹੋਏ ਸਾਰੇ ਦੁਕਾਨਦਾਰਾਂ ਨੂੰ ਸਟਾਕ ਰਜਿਸਟਰ ਹਰ ਰੋਜ਼ ਪੂਰਾ ਰੱਖਣ ਲਈ, ਹਰ ਕਿਸਾਨ ਨੂੰ ਵੇਚੀ ਚੀਜ਼ ਦਾ ਬਿੱਲ ਦੇਣ ਨੂੰ ਅਤੇ ਕੋਈ ਵੀ ਚੀਜ਼ ਵੇਚਣ ਤੋਂ ਪਹਿਲਾਂ ਆਪਣੇ ਲਾਇਸੈਂਸ ਵਿੱਚ ਅਥਾਰਟੀ ਲੈਟਰ ਦਰਜ ਕਰਵਾਉਣ ਤੋਂ ਬਾਅਦ ਹੀ ਮਾਲ ਮੰਗਵਾਉਣ ਅਤੇ ਉਸ ਤੋਂ ਬਾਅਦ ਬਿੱਲ ਕੱਟ ਕੇ ਵੇਚਣ 'ਤੇ ਜ਼ੋਰ ਦਿੱਤਾ ਗਿਆ। ਉਹਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਇਸ ਗੱਲ ਲਈ ਵਚਨਬੰਧ ਹੈ ਕਿ ਕਿਸਾਨਾਂ ਨੂੰ ਹਰ ਇੱਕ ਖੇਤੀ ਇਨਪੁੱਟ ਕੁਆਲਿਟੀ ਦੀ ਮਿਲੇ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਡੀਲਰ ਵੀ ਇਸ ਵਚਨਬੱਧਤਾ ਲਈ ਰਾਜ਼ੀ ਹੋਣ। ਇਸ ਮੌਕੇ 'ਤੇ ਡਾਕਟਰ ਰਮਨਦੀਪ ADO ਰੋੜਕਾ ਕਲਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਡੀਲਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 'ਤੇ ਸਾਰੇ ਡੀਲਰਾਂ ਨੇ ਭਰੋਸਾ ਦਵਾਇਆ ਕਿ ਉਹ ਮਹਿਕਮੇ ਨੂੰ ਕਿਸੇ ਕਿਸਮ ਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਅਤੇ ਕਿਸਾਨਾਂ ਨੂੰ ਕੁਆਲਿਟੀ ਦੇ ਪ੍ਰੋਡਕਟ ਹੀ ਵੇਚਣਗੇ। ਅੱਜ ਜਿਹੜੀ ਬਲਾਕ ਰੋੜਕਾ ਕਲਾਂ ਦੇ ਸਮੂਹ ਜਿਹੜੇ ਇਨਪੁੱਟਸ ਡੀਲਰ ਦੀ ਇੱਥੇ ਆਇਆ ਮੀਟਿੰਗ ਰੱਖੀ ਸੀ, ਕਿਉਂਕਿ ਅਸੀਂ ਇਹ ਲੜੀ ਤਹਿਤ ਤਕਰੀਬਨ ਸਾਰੇ ਜ਼ਿਲ੍ਹੇ ਦੇ ਅਸੀਂ ਸਮੂਹ ਬਲਾਕਾਂ ਦੇ ਡੀਲਰਾਂ ਦੀ ਮੀਟਿੰਗ ਕਰ ਲਈਆਂ ਨੇ ਔਰ ਇਹਦੇ ਵਿੱਚ ਅਸੀਂ ਖਾਸ ਜਿਹੜਾ ਸੁਨੇਹਾ ਇਨਪੁੱਟਸ ਡੀਲਰ ਨੂੰ ਇਹ ਦੇ ਰਹੇ ਹਾਂ, ਕਿਉਂਕਿ ਕਿਸਾਨਾਂ ਅਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਖਾਸ ਕੜੀ ਹੈ, ਕਿਉਂਕਿ ਇਨਪੁੱਟਸ ਜਿਹੜੀਆਂ ਕੁਆਲਿਟੀ ਦੇ ਤਹਿਤ ਜਿਹੜੀਆਂ ਕਿਸਾਨਾਂ ਤੱਕ ਪਹੁੰਚਣ, ਉਹ ਅਸੀਂ ਜਿਹੜੇ ਨੁਕਤੇ ਨੇ ਉਹ ਇਹਨਾਂ ਡੀਲਰਸ ਨਾਲ ਸਾਂਝੇ ਕੀਤੇ ਨੇ ਔਰ ਇਹਨਾਂ ਨੂੰ ਸੁਚੇਤ ਵੀ ਕੀਤਾ, ਕਿਉਂਕਿ ਅਸੀਂ ਕਿਸੇ ਤਰੀਕੇ ਨਾਲ ਜਿਹੜਾ ਕਿਸਾਨਾਂ ਦੇ ਨਾਲ ਜਿਹੜੀ ਹੈ ਕੁਆਲਿਟੀ ਦੇ ਤਹਿਤ ਜਿਹੜੀ ਇਨਪੁੱਟਸ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਾਂਗੇ ਔਰ ਅਸੀਂ ਇਹਨਾਂ ਨੂੰ ਸੁਚੇਤ ਵੀ ਕੀਤਾ ਔਰ ਗਾਹੇ ਵਿਗਾਹੇ ਅਸੀਂ ਜੋ ਚੈਕਿੰਗ ਪਿਛਲੇ ਸਮੇਂ ਵੀ ਕੀਤੀ ਔਰ ਅੱਗੇ ਵੀ ਇਹੀ ਕਰਦੇ ਰਹਾਂਗੇ ਔਰ ਇਹਨਾਂ ਨੂੰ ਅਸੀਂ ਇਹ ਜ਼ਰੂਰ ਕਿਹਾ ਕਿ ਆਪਣੇ ਜਿਹੜੇ ਡੀਲਰਸ ਟੋਟਲ ਜੋ ਜਿਹੜੀ ਵੀ ਆਪਾਂ ਇਨਪੁੱਟਸ ਜਾਂ ਕੋਈ ਖਾਦ ਬੀਜ ਜਾਂ ਦਵਾਈਆਂ ਮੰਗਵਾਉਣੀਆਂ ਨਾ ਆਪਣੇ ਬਕਾਇਦਾ ਬਿੱਲ 'ਤੇ ਮੰਗਵਾਉਣ ਔਰ ਉਹ ਜਿਹੜੀਆਂ ਮੰਗਵਾਉਣੀਆਂ ਬਕਾਇਦਾ ਉਹ ਜਿਹੜੀਆਂ ਆਪਣੇ ਰਜਿਸਟਰ ਦੇ ਵਿੱਚ ਐਂਟਰ ਕਰਨ ਔਰ ਬਿੱਲ ਕੱਟ ਕੇ ਕਿਸਾਨਾਂ ਨੂੰ ਉਹ ਦੇਣ ਔਰ ਉਹਦੇ ਵਿੱਚ ਇਹ ਵੀ ਦੇਖਿਆ ਜਾਵੇ ਕਿ ਜੇ ਕੋਈ ਆਡੀਸ਼ਨ ਹੈਗੀ ਹੈ ਔਰ ਸਾਡੇ ਕੋਲ ਆਡੀਸ਼ਨ ਕਰਾ ਕੇ ਹੀ ਜਿਹੜੀ ਉਸਦੀ ਸੇਲ ਕੀਤੀ ਜਾਵੇ ਔਰ ਬਕਾਇਦਾ ਜਿਹੜੀਆਂ ਮਨਜ਼ੂਰ ਸ਼ੁਦਾ ਜਿਹੜੀਆਂ ਦਵਾਈਆਂ ਖਾਦ ਔਰ ਬੀਜ ਜਿਹੜੇ ਨੇ ਉਹ ਕਿਸਾਨਾਂ ਤੋਂ ਪਹੁੰਚਣ ਉਹ ਅਸੀਂ ਇਸ ਮੀਟਿੰਗ ਦੇ ਵਿੱਚ ਇਨਸ਼ੋਰ ਕੀਤਾ ਔਰ ਇਹਨਾਂ ਦੀਆਂ ਖਾਸ ਤੌਰ 'ਤੇ ਜੋ ਮੁਸ਼ਕਲਾਂ ਨੇ ਉਹ ਵੀ ਅਸੀਂ ਸੁਣੀਆਂ ਔਰ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਸਮੇਂ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਉਹ ਵੀ ਹੱਲ ਕੀਤੀਆਂ ਜਾਣ ਔਰ ਇਸੇ ਤਰ੍ਹਾਂ ਹੀ ਅਸੀਂ ਜੋ ਸਾਡੇ ਖਾਦ ਡੀਲਰ ਸੀ ਉਹਨਾਂ ਨੇ ਵੀ ਦੱਸਿਆ ਕੁਝ, ਕਿਉਂਕਿ ਸਾਡੇ POS ਮਸ਼ੀਨਾਂ ਜਿਹੜੀਆਂ ਨੇ ਉਹ ਕੁਛ ਖਰਾਬ ਸਨ ਔਰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੋ ਸਟਾਕ ਇਹਨਾਂ ਮਸ਼ੀਨਾਂ ਦੇ ਵਿੱਚ ਪਿਆ ਉਹਨਾਂ ਨੂੰ ਇਮੀਜੀਏਟਲੀ ਉਹਦੇ ਵਿੱਚੋਂ ਨਿਲ ਕੀਤਾ ਜਾਵੇ, ਕਿਉਂਕਿ ਇਹ ਖਾਦ ਜਿਹੜੀ ਕਿਸਾਨਾਂ ਤੱਕ ਕਿਸਾਨਾਂ ਨੂੰ ਦੇ ਚੁੱਕੇ ਆ ਔਰ ਉਹ ਅੱਜ ਤੱਕ ਜਿਹੜਾ ਸਟੋਕ ਖੜਾ, ਕਿਉਂਕਿ ਕੁਛ ਤਕਨੀਕੀ ਕਾਰਨਾਂ ਕਰਕੇ ਜਿਹੜਾ ਸਟੋਕ ਸੀ ਉਹ ਇਹ ਮਸ਼ੀਨਾਂ 'ਚ ਪਿਆ, ਉਹ ਅਸੀਂ ਇਹਨਾਂ ਨੂੰ ਖਾਸ ਹਦਾਇਤ ਕੀਤੀ ਵੀ ਉਹ ਵੀ ਜਿਹੜਾ ਸਟੋਕ ਆ ਉਹ ਨਿਲ ਕੀਤਾ ਜਾਵੇ, ਕਿਉਂਕਿ ਜੇਕਰ ਕੋਈ ਖਾਦ ਜਾਂ ਸਾਡੇ ਕੋਲ ਪਈ ਰਹਿੰਦੀ ਹੈ, ਕਿਉਂਕਿ ਇਹਦੇ ਵਿੱਚ ਸਾਡਾ ਸਟੋਕ ਜਿਹੜਾ ਨਹੀਂ ਨਿਲ ਹੁੰਦਾ ਤਾਂ ਇਹਦੇ ਵਿੱਚ ਸਾਡੀ ਕਿਉਂਕਿ ਜਿਹੜੀ ਪਿੱਛੋਂ ਜਿਹੜੀ ਸਾਡੀ ਡਿਮਾਂਡ ਆ ਜਾਂ ਮੰਗ ਆ ਉਹਦੇ ਵੀ ਪ੍ਰਭਾਵਿਤ ਹੋ ਸਕਦੀ ਹੈ। ਸੋ ਆਉਣ ਵਾਲਾ ਜਿਹੜਾ ਸਮਾਂ ਹੈ ਬੜਾ ਮਹੱਤਵਪੂਰਨ ਆ, ਕਿਉਂਕਿ ਹੁਣ ਜਿਹੜੀ ਸਾਡੀ ਸਾਉਣੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਔਰ ਕਿਸਾਨਾਂ ਤੱਕ ਜਿਹੜੀ ਕੁਆਲਿਟੀ ਦੇ ਤਹਿਤ ਇਨਪੁੱਟਸ ਜਿਹੜਾ ਪਹੁੰਚਣਾ ਜਿਹੜਾ ਬਹੁਤ ਜ਼ਰੂਰੀ ਹੈ ਔਰ ਅਸੀਂ ਜਿਹੜੇ ਖਾਸ ਤੌਰ 'ਤੇ ਅਸੀਂ ਜ਼ਿਲ੍ਹੇ ਵਿੱਚ ਮੁਹਿੰਮ ਚਲਾਈ ਹੋਈ ਹੈ ਕਿ ਕਿਤੇ ਨਾ ਕਿਤੇ ਜਿਹੜਾ ਮੇਰੇ ਵੱਲੋਂ ਅਚਨਚੇਤ ਜਿਹੜੀ ਚੈਕਿੰਗਾਂ ਜਿਹੜੀਆਂ ਉਹ ਵੀ ਕੀਤੀਆਂ ਜਾ ਰਹੀਆਂ ਤਾਂ ਕਿ ਕਿਸਾਨਾਂ ਤੱਕ ਜਿਹੜੀਆਂ ਇਹ ਇਨਪੁੱਟਸ ਜਿਹੜੀਆਂ ਕੁਆਲਿਟੀ ਉਹ ਪਹੁੰਚ ਸਕਣ। ਦੇਖੋ ਜਿਹੜੀ ਸੈਂਪਲਿੰਗ ਜਿਹੜੀ ਸਾਡੀ ਹੈ ਉਹ ਤਕਰੀਬਨ ਜੇ ਆਪਾਂ ਕੀੜੇ ਮਾਰ ਦਵਾਈਆਂ ਦੀ ਗੱਲ ਕਰੀਏ
ਅਤੇ ਉਹ ਤਕਰੀਬਨ ਜਿਹੜਾ ਸਾਡਾ ਟੀਚਾ ਸੀ ਉਹ ਤਕਰੀਬਨ 225 ਸੈਂਪਲ ਲੈਣ ਦਾ ਟੀਚਾ ਸੀ, ਉਹ ਅਸੀਂ 70-80 ਦੇ ਤਕਰੀਬਨ ਪੂਰਾ ਕਰ ਲਿਆ। ਔਰ ਇਸੇ ਤਰ੍ਹਾਂ ਖਾਦਾਂ ਦਾ ਜਿਹੜਾ ਸਾਡਾ ਟੀਚਾ ਸੀ ਉਹ ਵੀ 200 ਦੇ ਹੈਗਾ ਤਹਿਤ, ਉਹ ਵੀ ਅਸੀਂ ਤਕਰੀਬਨ 50% ਜਿਹੜੇ ਇਹ ਸਾਰੇ ਸਾਲ ਦਾ ਸਾਡਾ ਟੀਚਾ, ਔਰ ਸਾਡਾ 50% ਟੀਚਾ ਜਿਹੜਾ ਉਹ ਅਸੀਂ ਜਿਹੜਾ ਖਾਦਾਂ ਦਾ ਪੂਰਾ ਕਰ ਲਿਆ। ਇਸੇ ਤਰ੍ਹਾਂ ਜਿਹੜੀਆਂ ਸੀਡ ਦਾ ਜਿਹੜਾ ਸਾਡਾ ਸੀ ਉਹ ਵੀ 50% ਦੇ ਨਾਲ ਲਗਭਗ ਜਿਹੜਾ ਟੀਚਾ ਸਾਡਾ ਉਹ ਸੈਂਪਲਿੰਗ ਪੂਰਾ ਕਰ ਲਿਆ। ਇਸ ਤੋਂ ਇਲਾਵਾ ਜਦੋਂ ਕੋਈ ਸਾਨੂੰ ਕਿਤੇ ਵੀ ਸ਼ਿਕਾਇਤ ਆਉਂਦੀ ਹੈ ਉਹ ਅਸੀਂ ਜਿਹੜੀ ਹੈ ਉੱਥੇ ਵੀ ਜਾ ਕੇ ਅਸੀਂ ਸੈਂਪਲਿੰਗ ਕਰਾਂਗੇ, ਔਰ ਪਿੱਛੇ ਕੀਤੀ ਵੀ ਹੈ, ਔਰ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਚੈਕਿੰਗ ਹੈ ਉਹ ਜਾਰੀ ਰਹਿਣਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਕਿਸਾਨਾਂ ਨੂੰ ਕੁਆਲਿਟੀ ਦੀ ਖਾਦ ਬੀਜ ਅਤੇ ਦਵਾਈਆਂ ਦੇਣ ਦੇ ਲਈ ਵਚਨਬੱਧ ਹੈ। ਉਸੇ ਲੜੀ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਦੇ ਵੱਲੋਂ ਬਲਾਕ ਰੁੜਕਾ ਕਲਾਂ ਦੇ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਰੁੜਕਾ ਕਲਾਂ ਦੇ ਡੀਲਰਸ ਦੇ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦਾ ਮਕਸਦ ਇਹੀ ਸੀ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ, ਬਹੁਤ ਸਾਰੀਆਂ ਦਵਾਈਆਂ ਇਹਦੇ ਉੱਤੇ ਵਰਤੀਆਂ ਜਾਂਦੀਆਂ ਨੇ, ਸੋ ਇਹ ਜਿਹੜੀਆਂ ਦਵਾਈਆਂ ਨੇ ਕੁਆਲਿਟੀ ਦੀਆਂ ਕਿਸਾਨਾਂ ਨੂੰ ਮਿਲਣ, ਉਹਦੇ ਸੰਬੰਧੀ ਜ਼ਰੂਰੀ ਹਦਾਇਤਾਂ ਜਿਹੜੀਆਂ ਸੀ ਪੈਸਟੀਸਾਈਡ ਡੀਲਰਸ ਨੂੰ ਦਿੱਤੀਆਂ ਗਈਆਂ ਨੇ। ਭਾਵੇਂ ਡੀਲਰਸ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ, ਬਿੱਲ ਕੱਟ ਕੇ ਹਰ ਇੱਕ ਨੂੰ ਦਿੰਦੇ ਆ, ਪਰ ਫਿਰ ਵੀ ਇੱਕ ਵਾਰੀ ਰਿਵਿਊ ਕਰਨਾ ਇਹ ਸਾਰੇ ਡੀਲਰਾਂ ਨੂੰ ਬਿਠਾ ਕੇ ਕਿ ਆਪਾਂ ਹਰ ਇੱਕ ਕਿਸਾਨ ਨੂੰ ਖਾਦ ਬੀਜ ਅਤੇ ਦਵਾਈ ਬਿੱਲ ਕੱਟ ਕੇ ਦੇਣੀ ਆ, ਕੁਆਲਿਟੀ ਦੀ ਚੀਜ਼ ਦੇਣੀ ਆ, ਅਤੇ ਇਹ ਸਾਰਾ ਕੁਝ ਡੀਲਰਾਂ ਨੇ ਵੀ ਮੰਨਿਆ ਕਿ ਅਸੀਂ ਜੀ ਸਾਰਾ ਕੁਝ ਇਹ ਕਿਸਾਨ ਵੀਰਾਂ ਨੂੰ ਕੁਆਲਿਟੀ ਦਾ ਹੀ ਮੁਹੱਈਆ ਕਰਵਾਵਾਂਗੇ। ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਝੋਨੇ ਦੇ ਵਿੱਚ ਕੁਆਲਿਟੀ ਸੀ, ਕੁਆਲਿਟੀ ਦੀਆਂ ਦਵਾਈਆਂ ਪਾ ਕੇ ਉਹਦੀ ਕੁਆਲਿਟੀ ਬਰਕਰਾਰ ਰਹੂਗੀ। ਬਾਸਮਤੀ ਦੇ ਉੱਤੇ ਸਾਡੀ ਕੁਆਲਿਟੀ ਵਧੀਆ ਰਹੂਗੀ, ਕਿਉਂਕਿ ਜਿਹੜੀਆਂ ਬੈਂਡ ਦਵਾਈਆਂ ਬਾਸਮਤੀ ਦੇ ਉੱਤੇ ਆਪਾਂ ਨਹੀਂ ਸਪਰੇ ਕਰਨੀ ਆ, ਜਿਹਦੇ ਕਾਰਨ ਕਰਕੇ ਸਾਡੀ ਬਾਸਮਤੀ ਬਾਹਰਲੇ ਦੇਸ਼ਾਂ 'ਚ ਜਾਣੋ ਰਹਿ ਗਈ ਸੀ। ਜੇ ਅਸੀਂ ਉਹ ਬੈਂਡ ਦਵਾਈਆਂ ਨੂੰ ਨਾ ਵਰਤਾਂਗੇ ਬਾਸਮਤੀ ਦੇ ਉੱਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬਾਸਮਤੀ ਕੁਆਲਿਟੀ ਦੀ ਹੋਊਗੀ ਅਤੇ ਜਿਹੜੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਭੇਜ ਕੇ ਸਾਡੇ ਕਿਸਾਨ ਵੀਰ ਖੁਸ਼ਹਾਲ ਹੋਣਗੇ। ਸੋ ਮੈਂ ਇਸ ਮੀਟਿੰਗ ਦੇ ਵਿੱਚ ਆਏ ਹੋਏ ਸਾਡੇ ਮੁੱਖ ਮਹਿਮਾਨ ਡਾਕਟਰ ਸੁਰਿੰਦਰ ਸਿੰਘ ਜੀ ਦਾ ਇੱਥੇ ਗੁਰਾਇਆਂ ਰੁੜਕਾ ਕਲਾਂ ਦੇ ਵਿੱਚ ਪਹੁੰਚਣ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੇ ਡੀਲਰਾਂ ਨੂੰ ਮੁਖਾਰਵਿਦ ਹੁੰਦੇ ਹੋਏ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਅਤੇ ਉਮੀਦ ਕਰਨਾ ਕਿ ਇਹੋ ਜਿਹੀਆਂ ਮੀਟਿੰਗਾਂ ਸਾਡੀਆਂ ਵਧੀਆ ਸਿੱਟਾ ਲਿਆਉਣਗੀਆਂ, ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ਹਾਲੀ ਲਿਆਉਣਗੀਆਂ। ਸੋ ਇੰਨਾ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। ਅੱਜ ਸਾਡੀ ਮੀਟਿੰਗ ਹੋਈ ਜੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਜੀ ਉਹਨਾਂ ਨਾਲ, ਅਤੇ ਨਾਲ ਉਹਨਾਂ ਦੇ ਸਾਡੇ ਰੁੜਕਾ ਕਲਾਂ ਬਲਾਕ ਦੇ ਖੇਤੀਬਾੜੀ ਅਫਸਰ ਡਾਕਟਰ ਰਣਜੀਤ ਸਿੰਘ ਚੌਹਾਨ, ਅਤੇ ਨਾਲ ਉਹਨਾਂ ਦੇ ਸਾਡੇ ADO ਸਾਹਿਬਾਨ ਆਪਣੇ ਰਮਨਦੀਪ ਸਿੰਘ ਜੀ, ਅਤੇ ਇਹਨਾਂ ਨੇ ਸਾਨੂੰ ਜੋ ਗੌਰਮੈਂਟ ਦੀ ਨਵੀਆਂ ਗਾਈਡਲਾਈਨਾਂ ਆਈਆਂ ਉਹਨਾਂ ਦੇ ਰਿਗਾਰਡਿੰਗ ਸਾਨੂੰ ਇਹਨਾਂ ਨੇ ਜਾਣੂ ਕਰਾਇਆ। ਜੋ ਸਾਡੇ ਦੁਕਾਨ 'ਤੇ ਮਾਲ ਜੋ ਵੀ ਅਸੀਂ ਖਰੀਦਣਾ ਡੀਲਰਾਂ ਨੇ, ਖਾਦ ਦੇ ਡੀਲਰ, ਦਵਾਈਆਂ ਦੇ ਡੀਲਰ, ਬੀਜ ਦੇ ਡੀਲਰ, ਵੀ ਬਿੱਲ 'ਤੇ ਮਾਲ ਲੈਣਾ, ਉਹਨੂੰ ਬਿੱਲ 'ਤੇ ਸੇਲ ਕਰਨਾ, POS ਮਸ਼ੀਨਾਂ ਦੇ ਵਿੱਚੋਂ ਅੰਗੂਠਾ ਲਾ ਕੇ ਕੱਢਣਾ, ਇਹਨਾਂ ਨੇ ਸਾਨੂੰ ਇਹਦੇ ਬਾਰੇ ਸਾਰਾ ਕੁਝ ਜਾਣੂ ਕਰਾਇਆ, ਬਰੀਕੀ ਗੱਲਾਂ ਸਾਨੂੰ ਕਈ ਦੱਸੀਆਂ। ਸੋ ਅਸੀਂ ਇਹਨਾਂ ਦਾ ਇੱਥੇ ਅੱਜ ਸਾਡੇ ਦਰਮਿਆਨ ਸਾਨੂੰ ਸਮਝਾਉਣ ਦਾ, ਮੀਟਿੰਗ ਕਰਨ ਦਾ ਬਹੁਤ ਬਹੁਤ ਧੰਨਵਾਦ ਆਖਦੇ ਹਾਂ, ਜੀ ਆਇਆਂ ਆਖਦੇ ਹਾਂ, ਜੋ ਸਾਨੂੰ ਆਪਣੇ ਕਿਸਾਨਾਂ ਦੇ ਪ੍ਰਤੀ ਜਾਗਰੂਕ ਕਰਾਉਣ ਦੇ ਲਈ ਬਹੁਤ ਜ਼ਿਆਦਾ ਧੰਨਵਾਦ।